ਸਰ ਸਿੱਧੂ ਮੂਸੇਵਾਲੇ ਦੇ ਕਤਲ ਕੇਸ 'ਚ ਕੀ ਅਪਡੇਟ ਆਉਂਦੀ? ਸ਼ੁਭਦੀਪ ਸਿੰਘ ਦੇ ਕਤਲ ਕੇਸ ਦੇ ਵਿੱਚ ਮਾਨਯੋਗ ਆਈ ਜੀ ਬਠਿੰਡਾ ਰੇਂਜ ਸਰ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਿਤ ਕੀਤਾ ਗਿਆ ਹੈ, ਜਿਹਦੀ ਰੋਜ਼ਾਨਾ ਜਿਹੜੀ ਮੋਨੀਟਰਿੰਗ ਮੇਰੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਈ ਜੀ ਸਾਹਿਬ ਵੱਲੋਂ ਵੀ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਵੱਖ ਵੱਖ ਜਿਹੜੇ ਪਹਿਲੂ ਹੈ ਉਹਦੇ 'ਤੇ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ, ਜਿਹਦੇ ਵਿੱਚ ਸੀ ਸੀ ਟੀ ਵੀ ਕੈਮਰਾ ਦੀ ਫੁਟੇਜ ਹੈਗੀ ਹੈ ਵੱਖ ਵੱਖ ਇਲਾਕਿਆਂ 'ਚ ਵੱਖ ਵੱਖ ਸਮਿਆਂ 'ਚ ਸਾਡੇ ਕੋਲ ਸਾਹਮਣੇ ਆਈ ਹੈ, ਜਿਹਦੇ ਤੋਂ ਅਸੀਂ ਜਿਹੜਾ ਕ੍ਰਿਮੀਨਲਸ ਹੈਗਾ ਹੈ ਉਹਨਾਂ ਦਾ ਐਗਜੈਕਟ ਅਸੀਂ ਰੂਟ ਵੀ ਟਰੇਸ ਕਰ ਲਿਆ ਹੈਗਾ ਹੈ, ਕਿਹੜੇ ਪਾਸੇ ਆਏ ਹੈ, ਕਿੱਦਾਂ ਉਹਨਾਂ ਨੇ ਰੈਕੀ ਕੀਤੀ ਹੈ, ਕਿੱਦਾਂ ਐਸਕੇਪ ਕੀਤਾ ਹੈ, ਉਹ ਸਾਰਾ ਅਸੀਂ ਕਲੀਅਰ ਕਰ ਲਿਆ ਹੈਗਾ ਹੈ। ਇਸ ਤੋਂ ਇਲਾਵਾ ਵੱਖ ਵੱਖ ਤਕਨੀਕੀ ਸ਼ਹਾਦਤਾਂ 'ਤੇ ਵੀ ਜਿਹੜਾ ਕੰਮ ਵੱਖ ਵੱਖ ਟੀਮਾਂ ਵੱਲੋਂ ਸਾਡੇ ਸਾਈਬਰ ਸੈੱਲ ਵੱਲੋਂ ਵੀ ਕੀਤਾ ਜਾ ਰਿਹਾ, ਜਿਹਦੇ ਕੋਲੋਂ ਵੀ ਸਾਨੂੰ ਕਾਫੀ ਅਹਿਮ ਜਿਹੜੀ ਹੈ ਲੀਡਸ ਉਹ ਮਿਲੀਆਂ ਨੇ, ਜਿਹਦੇ 'ਤੇ ਜਿਹੜਾ ਬੜੀ ਤੇਜ਼ੀ ਨਾਲ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਕਿਉਂਕਿ ਇਹ ਜਿਹੜਾ ਕੰਮ ਸੀਗਾ ਔਰਗਨਾਈਜ਼ਡ ਕ੍ਰਿਮੀਨਲਸ ਦਾ ਹੀ ਗੈਂਗਸਟਰ ਦਾ ਹੀ ਕੰਮ ਸੀਗਾ, ਅਤੇ ਕੁਝ ਦੋ ਗੈਂਗਸਟਰਸ ਨੂੰ ਜਿਹੜੇ ਪ੍ਰੋਡਕਸ਼ਨ ਵਾਰੰਟ 'ਤੇ ਕੱਲ੍ਹ ਲਿਆਂਦਾ ਗਿਆ ਹੈ, ਅਤੇ ਇੱਕ ਜਿਹੜਾ ਹੋਰ ਮੁਜ਼ਰਿਮ ਉਹਨੂੰ ਮੁਕੱਦਮੇ 'ਚ ਨਾਮਜ਼ਦ ਕਰਕੇ ਉਹਨੂੰ ਅਰੈਸਟ ਕੀਤਾ ਗਿਆ, ਅਤੇ ਇਹਨਾਂ ਦਾ ਸਕੂਲ ਸਾਡੇ ਕੋਲ 6 ਦਿਨ ਦਾ ਰਿਮਾਂਡ ਹੈਗਾ, ਅਤੇ ਉਹਨਾਂ ਦੀ ਜਿਹੜੀ ਲਗਾਤਾਰ ਪੁੱਛਗਿੱਛ ਇਹ ਕੀਤੀ ਜਾ ਰਹੀ ਹੈ, ਅਤੇ ਸਾਨੂੰ ਲੱਗਦਾ ਇਹਨਾਂ ਦੀ ਪੁੱਛਗਿੱਛ ਦੇ ਦੌਰਾਨ ਅਹਿਮ ਲੀਡ ਸਾਨੂੰ ਮਿਲਣਗੇ ਆ, ਜਿਹੜੇ ਅਸਲ ਦੋਸ਼ਾਂ ਨੂੰ ਫੜਨ ਲਈ ਸਾਡੇ ਲਈ ਬਹੁਤ ਹੀ ਅਹਿਮ ਹੋਣਗੀਆਂ। ਲੋਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਲਈ ਸੀ, ਉਹਦਾ ਰਿਮਾਂਡ ਚੱਲ ਰਿਹਾ ਜੀ, ਕੀ ਮਾਨਸਾ ਪੁਲਿਸ ਲੈ ਕੇ ਆਉਗੀ? ਬਿਲਕੁਲ, ਹਜੇ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਕਿ ਦਿੱਲੀ ਪੁਲਿਸ ਨੇ ਲੋਰੈਂਸ ਬਿਸ਼ਨੋਈ ਦਾ ਜਿਹੜਾ ਰਿਮਾਂਡ ਲਿਆ ਹੈਗਾ ਹੈ, ਅਤੇ ਕਾਨੂੰਨ ਅਨੁਸਾਰ ਜੋ ਵੀ ਪ੍ਰਕਿਰਿਆ ਬਣਦੀ ਹੈ ਉਹਦੇ ਤਹਿਤ ਹੀ ਅਸੀਂ ਜਿਹੜੀ ਤਫਤੀਸ਼ ਦੇ ਦੌਰਾਨ ਉਹਨਾਂ ਨੂੰ ਇਸ ਤਫਤੀਸ਼ 'ਚ ਸ਼ਾਮਿਲ ਕਰਾਂਗੇ, ਅਤੇ ਉਹਨਾਂ ਦਾ ਰੋਲ ਦੇ ਹਿਸਾਬ ਨਾਲ ਵੀ ਅੱਗੇ ਕਾਰਵਾਈ ਕਰਾਂਗੇ।